ਪੈਰ ਦੀ ਬਿਮਾਰੀ ਹੋ ਗਈ ਹੈ, ਮੇਰੀਆਂ ਲੱਤਾਂ ਖਲੋ ਗਈਆਂ ਨੇ, ਅਤੇ ਦੋਵੇਂ ਮੰਜੀ 'ਤੇ ਬੈਠੇ ਅਤੇ ਉੱਥੇ ਜਾ ਕੇ ਸ਼ਹੀਦ ਹੋ ਗਏ, ਕਹਿੰਦੇ ਗੋਲੀ ਲੱਗ ਕੇ ਸ਼ਹੀਦ ਹੋ ਗਏ ਨੇ। ਬੁੱਕਲ ਵਿੱਚ ਪਿਆ ਤਿਰੰਗਾ ਅਤੇ ਪੁੱਤਰ ਦੀ ਤਸਵੀਰ ਮਾਂ ਦੇ ਅੱਥਰੂਆਂ ਦੇ ਵਹਾਅ ਨੂੰ ਤੇਜ਼ ਕਰ ਰਹੀਆਂ ਨੇ, ਕਿਉਂਕਿ ਇਸ ਮਾਂ ਦਾ 20 ਸਾਲਾ ਪੁੱਤਰ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਗਿਆ। ਗੁਰਵਿੰਦਰ ਸਿੰਘ 2 ਮਹੀਨੇ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ, ਜਿਸ ਦੀ ਕੱਲ੍ਹ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ। ਗੁਰਵਿੰਦਰ ਸਿੰਘ ਦੇ ਪਰਿਵਾਰ ਦਾ ਗੁਜ਼ਾਰਾ ਉਸਦੀ ਕਮਾਈ ਨਾਲ ਹੀ ਹੁੰਦਾ ਸੀ। ਗੁਰਵਿੰਦਰ ਸਿੰਘ ਦੇ ਮਾਤਾ ਪਿਤਾ ਦੋਨੋਂ ਮਰੀਜ਼ ਹਨ। ਗੁਰਵਿੰਦਰ ਸਿੰਘ ਦਾ ਪਿਤਾ ਤਾਂ ਤੁਰ ਵੀ ਨਹੀਂ ਪਾਉਂਦਾ ਅਤੇ ਅੱਜ ਆਪਣੇ ਪੁੱਤਰ ਦੀ ਤਸਵੀਰ ਬੁੱਕਲ ਵਿੱਚ ਰੱਖ ਭੁੱਬਾ ਮਾਰ ਰੋ ਰਿਹਾ ਹੈ। ਮੈਂ ਕਹਿੰਦਾ ਜੀ, ਮੇਰਾ ਉਹ ਬੱਚਾ ਕਮਾਉਣ ਵਾਲਾ ਜੀ, ਹਾਂਜੀ, ਉਸੇ ਬੱਚੇ ਦੇ ਇੱਥੇ ਬਿਮਾਰ, ਦੋਵੇਂ ਮਾਤਾ ਵੀ ਬਿਮਾਰ, ਮੈਂ ਵੀ ਬਿਮਾਰ ਹਾਂ, ਉਹਦੀ ਮਾਤਾ ਵੀ ਬਿਮਾਰ ਹੈ। 13 ਸਾਲ ਮੈਨੂੰ ਹੋ ਗਏ ਬਿਮਾਰ ਨੂੰ, ਉਹਨੂੰ 8 ਸਾਲ ਉਹਨੂੰ ਹੋ ਗਏ ਨੇ ਲਓ ਅਟੈਕ, ਉਹਨੂੰ ਅਟੈਕ ਦੀ ਬਿਮਾਰੀ ਹੋ ਗਈ ਹੈ, ਮੇਰੀਆਂ ਲੱਤਾਂ ਖਲੋ ਗਈਆਂ ਨੇ, ਅਤੇ ਦੋਵੇਂ ਮੰਜੀ 'ਤੇ ਬੈਠੇ। ਅਤੇ ਮੈਂ ਸਰਕਾਰ ਦੇ ਅੱਗੇ ਧੰਨਵਾਦ ਕਰਦਾ, ਮੈਂ ਮੇਰੇ ਕੋਈ ਪਰਿਵਾਰ ਨੂੰ ਕੋਈ ਨੌਕਰੀ ਦੇਣੀ ਚਾਹੀਦੀ ਹੈ, ਘਰ ਘਰ ਕਮਾਉਣਾ, ਉਹ ਬੱਚਾ ਮੇਰਾ ਉਹੀ ਹੈ। ਬੇਟਾ ਗੁਰਵਿੰਦਰ ਸਿੰਘ ਸ਼ਹੀਦ ਹੋ ਗਿਆ, ਅਤੇ ਮੈਂ ਹੁਣ ਗਾਂ ਕੀ ਮੰਗ ਕਰ ਸਕਦੀ ਹਾਂ ਸਰਕਾਰ ਤੋਂ, ਮੈਨੂੰ ਕੁਛ ਨਹੀਂ ਸੋਚਦਾ, ਮੇਰਾ ਸਾਰਾ ਘਰ ਲੁੱਟਿਆ ਗਿਆ, ਅਸੀਂ ਅੱਗੇ ਆਪ ਬੜੇ ਦੁਖੀ ਹਾਂ, ਮਰੀਜ਼ ਅਸੀਂ, ਸਾਡੇ ਪ੍ਰਸ਼ਨ ਹੋਏ ਨੇ, ਦਿਲ ਦੇ ਵਾਲ ਪਏ ਨੇ, ਅਸੀਂ ਤਾਂ ਦੁੱਖ ਨਹੀਂ ਵੇਖ ਸਕਦੇ। ਕਿੰਨੇ ਬੱਚੇ ਤੁਹਾਡੇ? ਸਾਡੇ 2 ਬੇਟੇ ਨੇ, 3 ਬੇਟੀਆਂ ਨੇ। ਹਾਂਜੀ, ਇਹ ਵੀ ਵਿਆਹਿਆ ਵਾ ਅਤੇ 3 ਬੇਟੀਆਂ ਵੀ ਗਈਆਂ, ਇਹੋ ਦੁਬਾਰਾ ਅਸੀਂ ਅਸੀਂ ਤਾਂ ਮੰਗ ਇਹੋ ਹੀ ਕਰਨੇ ਹਾਂ, ਕੀ ਮੰਗੀਏ, ਮੰਗ ਇਹੋ ਕਰਨੇ, ਚੱਲ ਸਾਡੇ ਕੋਲ ਨੌਕਰੀ ਦੇ ਦਿਓ ਮੈਨੂੰ, ਸਾਡੇ ਬੱਚੇ ਨੂੰ, ਸਾਨੂੰ ਰੋਟੀ ਖਵਾਲਦਾ ਰਹੇਗਾ, ਤੁਹਾਡੀ ਪਰੇਸ਼ਾਨ ਲੱਗ ਜਾਏ, ਅਸੀਂ ਜਿੰਨਾ ਚਿਰ ਜੀਨੇ ਖਾਂਦੇ ਰਹਾਂਗੇ। 1 ਮਹੀਨੇ ਪਹਿਲਾਂ ਛੱਡ ਕੇ ਆਏ ਸੀ ਰਾਏਵਾਲ, ਉਹਨਾਂ ਦੀ ਡਿਊਟੀ ਸੀ, ਉੱਥੋਂ ਬਾਅਦ ਜੰਮੂ ਚਲੇ ਗਏ, ਉਹਨਾਂ ਦੀ ਟ੍ਰਾਂਸਫਰ ਹੋ ਗਈ ਹੈ, ਅਤੇ ਉੱਥੇ ਜਾ ਕੇ ਸ਼ਹੀਦ ਹੋ ਗਏ, ਕਹਿੰਦੇ ਗੋਲੀ ਲੱਗ ਕੇ ਸ਼ਹੀਦ ਹੋ ਗਏ ਨੇ। ਹਾਂਜੀ, ਕੱਲ੍ਹ ਦੀ ਤਰੀਕ 'ਤੇ ਸ਼ਹੀਦ ਹੋਏ ਨੇ, 17 ਤਰੀਕ ਨੂੰ। ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਗੋਲੀ ਲੱਗ ਕੇ ਸ਼ਹੀਦ ਹੋ ਗਏ ਨੇ, ਕਾਰਨ ਸਾਨੂੰ ਨਹੀਂ ਦੱਸਿਆ ਕੋਈ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਹਾਂ ਕਿ ਸਾਡਾ ਬੱਚਾ ਸ਼ਹੀਦ ਹੋਇਆ, ਅਤੇ ਸਾਨੂੰ ਵੱਧ ਤੋਂ ਵੱਧ ਸਾਡੀ ਮਦਦ ਕਰੀ ਜਾਏ ਸਰਕਾਰ ਵੱਲੋਂ, ਸਾਡੇ ਮਾਂ ਪਿਓ ਵੀ ਦੋਨੋਂ ਬਿਮਾਰ ਨੇ, ਆਪਣੇ ਬੱਚੇ ਦੇ ਕਰਕੇ ਮੈਂ ਵੀ ਡਿਊਟੀ ਬਾਹਰੋਂ ਛੱਡ ਕੇ ਆ ਗਿਆ ਸੀਗਾ, ਅਤੇ ਇਹ ਕਰਕੇ ਸਾਡੀ ਸਰਕਾਰ ਨੂੰ ਮੰਗ ਹੈ ਕਿ ਸਾਡੀ ਵੱਧ ਤੋਂ ਵੱਧ ਮਦਦ ਕਰੀਏ, ਕਿਉਂ ਮੇਰੇ ਮਾਂ ਵੀ ਬਿਮਾਰ ਹੈ, ਫਾਦਰ ਵੀ ਬਿਮਾਰ ਨੇ, ਅਤੇ ਸਾਡਾ 20 ਸਾਲਾਂ ਦਾ ਬੱਚਾ ਸ਼ਹੀਦ ਹੋ ਗਿਆ, 2 ਮਹੀਨੇ ਹੋ ਗਏ ਗਏ ਨੂੰ, ਅਤੇ ਆ ਕੇ ਜੁੰਡ 'ਚ ਗਿਆ ਅਤੇ ਜਾ ਕੇ ਸ਼ਹੀਦ। ਮਾਪਿਆਂ ਨੂੰ ਆਪਣੇ ਆਉਣ ਵਾਲੇ ਕੱਲ੍ਹ ਦੀ ਚਿੰਤਾ ਵੀ ਸਤਾ ਰਹੀ ਹੈ, ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਪਾਲਣ ਵਾਲਾ ਇੱਕੋ ਇੱਕ ਗੁਰਵਿੰਦਰ ਸਿੰਘ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ। ਮਾਪਿਆਂ ਦੇ ਪੁੱਤਰ ਲਈ ਕੀਰ ਨੇ ਵਿਛੋੜੇ ਦੇ ਦਰਦ ਨੂੰ ਬਿਆਨ ਕਰ ਰਹੇ ਨੇ। ਗੁਰਵਿੰਦਰ ਸਿੰਘ ਫਾਦਰ ਦਾ ਬਿਮਾਰ ਚੱਲ ਰਿਹਾ ਬਹੁਤ ਜ਼ਿਆਦਾ, ਸਾਡੇ ਪਿੰਡ ਵਾਸਤੇ ਬਹੁਤ ਵੱਡਾ ਘਾਟਾ ਹੈ। ਹੋਰ ਫਤਿਹ ਜੰਗ ਸਿੰਘ ਹੁਣਾਂ ਬਾਜਵਾ ਨੇ ਆਪਣੇ ਭੇਜੇ ਨੇ, ਆ ਬੰਦੇ ਆਪਣੇ ਭੇਜੇ ਨੇ, ਉਹਨਾਂ ਵੀ ਦੁੱਖ ਪ੍ਰਗਟ ਕੀਤਾ, ਬਹੁਤ ਜ਼ਿਆਦਾ ਮਾੜਾ ਹੋਇਆ। ਪਿੰਡ 'ਚ ਕਿਸ ਤਰ੍ਹਾਂ ਮਾਹੌਲ ਲੱਗਦਾ ਜੀ? ਪਿੰਡ 'ਚ ਮਾਹੌਲ ਜੀ ਗਮਗੀਣ ਆ, ਸੋਗ ਸਾਇਆ। ਕਿੰਨੀ ਉਮਰ ਸੀ ਮੁੰਡੇ ਦੀ? 20 ਸਾਲ। ਸਰ ਦੁਬਾਰਾ ਸੀ ਵਿਆਹ? ਨਹੀਂ, ਇੱਕ ਵਾਰ। ਕੀ ਤੁਸੀਂ ਮੰਗ ਕਰਦੇ ਹੋ ਪਰਿਵਾਰ ਨੂੰ? ਮੰਗ ਕਰਦੇ ਹਾਂ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਏ ਨਾ ਇਹ ਪਰਿਵਾਰ ਨੂੰ, ਹੋਰ ਕੋਈ ਇਹਦੇ ਨਾਂ ਦੀ ਕੋਈ ਯਾਦਗਾਰ ਬਣਾਈ ਜਾਏ ਪਿੰਡ 'ਚ ਗੌਰਮੈਂਟ ਵੱਲੋਂ, ਸਰਕਾਰੀ ਨੌਕਰੀ ਦਿੱਤੀ ਜਾਏ ਪਰਿਵਾਰ ਨੂੰ, ਇਹਨਾਂ ਦਿਨੋਂ ਕਿਸਾਨ ਪਰਿਵਾਰ ਆ। ਪਿੰਡ ਦਾ ਲੰਬਰਦਾਰ, ਅਸੀਂ ਇਹ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਅਤੇ ਸੈਂਟਰ ਸਰਕਾਰ ਤੋਂ ਕਿ ਜਿਹੜਾ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਹੈ, ਇਹਨਾਂ ਦੀ ਜਿੰਨੀ ਵੀ ਮਾਲੀ ਸਹਾਇਤਾ ਹੋ ਜਾਵੇ, ਕਿਉਂ ਮਾਤਾ ਵੀ ਪਹਿਲਾਂ ਤੋਂ ਬਿਮਾਰ ਹੈ, ਆਪਰੇਸ਼ਨ ਹੋਏ ਨੇ, ਪਿਤਾ ਵੀ 5-6 ਸਾਲ ਤੋਂ ਬਿਮਾਰ ਹੈ, ਇਹਨਾਂ ਦੀ ਜਿੰਨੀ ਵੀ ਮਾਇਤ ਹੋਵੇ, ਵੱਧ ਤੋਂ ਵੱਧ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਇਹਨਾਂ ਦੀ ਮਾਇਤ ਕਰੇ, ਅਤੇ ਇਹਨਾਂ ਦੇ ਪਰਿਵਾਰ ਨੂੰ ਇੱਕ ਸਰਕਾਰੀ ਜਿਹੜੀ ਹੈ ਨੌਕਰੀ ਦਿੱਤੀ ਜਾਏ, ਪਿੰਡ ਦੇ ਵਿੱਚ ਇਹਨਾਂ ਦੀ ਕੋਈ ਯਾਦਗਾਰੀ ਜਿਹੜੀ ਹੈ। ਸਾਨੂੰ ਮਾਣ ਹੈ ਬੱਚੇ 'ਤੇ, ਆਪਣੇ ਗੁਰਵਿੰਦਰ ਸਿੰਘ 'ਤੇ, ਜੋ ਕਿ 1.5 ਸਾਲ ਪਹਿਲਾਂ ਭਰਤੀ ਹੋਇਆ ਸੀ ਅਤੇ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ। ਅਸੀਂ ਫਿਰ ਮਤਲਬ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰ ਕੋਲ ਕਿ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਏ, ਕਿਉਂ ਪਰਿਵਾਰ ਨੇ ਰੋਟੀ ਵੀ ਖਾਣੀ, ਆਪਣਾ ਗੁਜ਼ਾਰਾ ਕਰਨਾ। 5-6 ਮੈਂਬਰ ਨੇ, 3 ਭੈਣਾਂ ਇਹਦੀਆਂ, 1 ਭਰਾ ਹੈ, 5 ਮੈਂਬਰ, 7 ਹੋ ਗਏ, ਅਤੇ ਇਹਨਾਂ ਦਾ ਜਿਹੜਾ ਗੁਜ਼ਾਰਾ ਵਧੀਆ ਚੱਲ ਸਕੇ।